ਸਤਿ ਸ਼੍ਰੀ ਅਕਾਲ ਜੀ ਸਾਡਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬੇਧਨ ਜਲ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਹਾਂ ਜੀ 11 ਫੇਸ ਸੰਹਾਲੀ ਦੇ ਵਿੱਚ ਜਿੱਥੇ ਕਿ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ ਤਿੰਨ ਦਿਨਾਂ ਆ ਇਹ ਧਰਨਾ ਜ ਤੀਸਰਾ ਦਿਨ ਹੈ ਤੇ ਲਗਾਤਾਰ ਦੋ ਦਿਨ ਤੋਂ ਧਰਨਾ ਲਗਾਇਆ ਹੋਇਆ ਸੀ ਜਿਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੇ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਜਿਹੜਾ ਇਹ ਧਰਨਾ ਨਹੀਂ ਛੁਕਾਂਗੇ ਤੇ ਅੱਜ ਜਿਹੜਾ ਰਾਜਪਾਲ ਦੇ ਨਾਲ ਜਿਹੜਾ ਮੀਟਿੰਗ ਹੋਏਗੀ ਤੇ ਰਾਜਪਾਲ ਭਵਨ ਤੋਂ ਫੋਨ ਆਇਆ ਸੀ ਜਿਸ ਦੇ ਚਲਦਿਆਂ ਕੱਲ ਜਿਹੜੀ ਕਿਸਾਨਾਂ ਆਗੂਆਂ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਵਿੱਚ ਅ ਸਿੱਟੇ ਨਿਕਲਣਗੇ ਆਪਣਾ ਮੰਗ ਪੱਤਰ ਜਿਹੜੇ ਕਿਸਾਨ ਹੈ ਉਹ ਰਾਜਪਾਲ ਭਵਨ ਦੇ ਵਿੱਚ ਜਿਹੜੇ ਦੇਣਗੇ ਜਿੱਥੇ ਕਿ ਜੋ ਵੀ ਮੰਗਾ ਦਾ ਸਿੱਟਾ ਨਿਕਲੇਗਾ ਉਸ ਤੋਂ ਬਾਅਦ ਵਿੱਚ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਇਸ ਤੋਂ ਬਾਅਦ ਵਿੱਚ ਜਿਹੜਾ ਸ਼ਾਂਤੀਪੂਰਵਕ ਧਰਨਾ ਚੱਕ ਲਿਆ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਤਾਂ ਥੋੜੀ ਦੇਰ ਤਾਂ ਕਿ ਮੰਗ ਪੱਤਰ ਸੌਪਿਆ ਜਾਣਾ ਹੈ ਕਿਸਾਨ ਆਗੂ ਦੇਖ ਸਕਦੇ ਹੋ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਜਿੱਥੇ ਕਿ ਰਾਸ਼ਨ ਪਾਣੀ ਲੈ ਕੇ ਇਹ ਪਹੁੰਚੇ ਹੋਏ ਆ ਕੀ ਅਸੀਂ ਸ਼ਾਂਤੀਪੂਰਕ ਧਰਨਾ ਲਗਾਵਾਂਗੇ ਸ਼ਾਂਤੀਪੂਰਕ ਰੋਡ ਜਾਮ ਕੀਤਾ ਹੋਇਆ ਹੈ ਇਹਨਾਂ ਨੇ ਤੇ ਜਿੱਥੇ ਕੀ ਖਾਣ ਪੀਣ ਦਾ ਸਮਾਨ ਲੈ ਕੇ ਆਏ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਮੰਨ ਲੀਆਂ ਜਾਂਦੀਆਂ ਨੇ ਤਾਂ ਅਸੀਂ ਲੰਗਰ ਲਾ ਕੇ ਤੁਰ ਜਾਵਾਂਗੇ ਤੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਥੋੜਾ ਜਿਹਾ ਰਾਸ਼ਨ ਅਸੀਂ ਲੈ ਕੇ ਆਏ ਹੋਏ ਆ ਤਾਂ ਥੋੜਾ ਜਿਹਾ ਸਾਨੂੰ ਫਿਰ ਆ ਜਾਏਗਾ ਤੇ ਇਸ ਬਾਬਤ ਆਪਾਂ ਸਾਰਿਆਂ ਦੇ ਨਾਲ ਵੀ ਗੱਲਬਾਤ ਕਰਨੀ ਹੈ ਤੇ ਫਿਲਹਾਲ ਤਾਂ ਤੁਹਾਨੂੰ ਦਿਖਾਣੇ ਆ ਲੰਗਰ ਦਾ ਪ੍ਰਬੰਧ ਜਿੱਥੇ ਕਿ ਕਿਸਾਨ ਜਿਹੜਾ ਸੌਣ ਦਾ ਖਾਣ ਦਾ ਸਾਰਾ ਪ੍ਰਬੰਧ ਕਰਕੇ ਆਏ ਹੋਏ ਆ ਕਿ ਜਿੰਨਾਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਜਿਹੜਾ ਅਸੀਂ ਇਸੇ ਤਰ੍ਹਾਂ ਤਰ ਨਾਲ ਲਗਾਵਾਂਗੇ ਤਾਂ ਵਰਟੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ-ਨਾਲ ਕਿਸਾਨ ਬੀਬੀਆਂ ਵੀ ਪਹੁੰਚੀਆਂ ਹੋਈਆਂ ਨੇ ਤੇ ਲੰਗਰ ਇੱਥੇ ਹੀ ਤਿਆਰ ਕੀਤਾ ਜਾਂਦਾ ਹੈ ਤੇ ਕਿਸਾਨ ਆਗੂ ਹੌਲੀ-ਹੌਲੀ ਜਿਹੜੇ ਤੁਰੇ ਜਾਂਦੇ ਨੇ ਦੇਸ਼ ਦੇ ਵੱਖ-ਵੱਖਰ ਜਿਹੜੇ ਥਾਵਾਂ ਤੋਂ ਇੱਥੇ ਪਹੁੰਚੇ ਹੋਏ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੋਂ ਬਾਅਦ ਵਿੱਚ ਇੱਥੇ ਜਿਹੜੇ ਸਾਰੇ ਕਿਸਾਨ ਇਕੱਠੇ ਹੋਏ ਨੇ ਇਕੱਠੇ ਹੋਣ ਤੋਂ ਬਾਅਦ ਵਿੱਚ ਉਹਨਾਂ ਨੇ ਇਹੀ ਫੈਸਲਾ ਲਿਆ ਹੈਗਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਨ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇੱਥੋਂ ਜਿਹੜਾ ਨਹੀਂ ਜਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਮੋਰਚੇ ਦੇ ਨਾਅਰੇ ਬਾਜੀ ਲਾਹਰਦੇ ਹੋਏ ਅੱਗੇ ਜਿਹੜੇ ਆ ਰਹੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੀ ਦੇ ਕਾਤਲਾਂ ਨੂੰ ਫਾਹੇ ਲਾਓ ਫਾਹੇ ਲਾਓ ਫਾਹੇ ਲਾਓ ਮੋਦੀ ਸਰਕਾਰ ਮਰਦਾਬਾ 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 ਮੋਦੀ ਸਰਕਾਰ ਮਰਦਾਬਾ 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 ਸੰਜੋਗ ਕਿਸਾਨ ਮੋਰਚਾ ਜਿੰਦਾਬਾ 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 ਸੰਜੋਗ ਕਿਸਾਨ ਮੋਰਚਾ ਜਿੰਦਾਬਾ 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 ਲਖੀ ਬਲਖੀ ਦੇ ਕਾਤਲਾਂ ਨੂੰ ਫਾਹੇ ਲਾਓ ਫਾਹੇ ਲਾਓ ਫਾਹੇ ਕਈ ਬਲਖੀ ਦੇ ਕਾਦਰਾਂ ਨੂੰ ਪਾਹੇ ਲਾਓ ਪਾਹੇ ਲਾਓ ਪਾਹੇ ਲਾਓ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਹਾਂਜੀ ਸਰ ਜਿਵੇਂ ਕਿ ਤੁਹਾਡੀਆਂ ਮੰਗਾਂ ਨੇ ਤੇ ਅੱਜ ਜਿਹੜਾ ਰਾਜਪਾਲ ਭਵਨ ਦੇ ਵਿੱਚ ਮੀਟਿੰਗ ਹੈ ਤੇ ਉਸ ਮੀਟਿੰਗ ਤੇ ਕੀ ਸੱਟੇ ਨਿਕਲਣਗੇ ਜਾਂ ਤੁਸੀਂ ਕੱਲ ਕੀ ਮੀਟਿੰਗ ਹੋਈ ਹੈ ਇਹਦੇ ਬਾਰੇ ਇਹਦੇ ਵਿੱਚ ਓ ਵੀ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸੂਬਾ ਲੈਵਲ ਦੀ ਮੀਟਿੰਗ ਹੋਈ ਹੈ ਉਦੇ ਵਿੱਚ ਗਵਰਨਰ ਨੇ 11 ਵਜੇ ਦਾ ਜਿੱਥੇ ਬੰਦਿਆਂ ਦੇ ਆਗੂਆਂ ਨੂੰ ਸਮਾਂ ਦਿੱਤਾ ਤੇ ਉਸ ਦੇ ਵਿੱਚ ਤੈਅ ਹੋਊਗਾ ਵੀ ਉਹ ਸਾਡੀਆਂ ਮੰਗਾਂ ਕਿਸ ਹੱਦ ਤੱਕ ਮੰਨਦੇ ਨੇ ਕਿਸ ਤਰ੍ਹਾਂ ਕਰਦੇ ਨੇ ਜਿਵੇਂ ਸਾਨੂੰ ਸੂਬਾ ਆਗੂ ਆਗੂ ਜਿਹੜੇ ਅਗਲੀ ਜਿਹੜੀ ਰਣਨੀਤੀ ਤੈਅ ਕਰਨਗੇ ਉਸ ਅਨਸਾਰ ਜਿਹੜਾ ਇਹ ਮੋਰਚਾ ਅੱਗੇ ਚੱਲੂਗਾ ਤੇ ਇਹਦੀਆਂ ਹੁਣ ਜਿਸ ਤਰ੍ਹਾਂ ਉਹ ਟਲਮਟੋਲ ਕਰ ਰਹੇ ਨੇ ਹੋ ਸਕਦਾ ਹੈ ਦਿੱਲੀ ਵਾਲਾ ਮੋਰਚਾ ਦੁਬਾਰਾ ਸ਼ੁਰੂ ਹੋ ਜਾਵੇ ਤੁਹਾਨੂੰ ਤੇ ਜੋ ਇਹ ਮੰਗਾ ਜੜੀਆਂ ਆ ਉਹ ਨਹੀਂ ਮੰਨੀਆਂ ਜਾਂਦੀਆਂ ਤੇ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਚੱਕਿਆ ਜਾ ਸਕਦਾ ਹੈ ਇਹ ਜਦੋਂ ਅਸੀਂ ਦਿੱਲੀ ਦੇ ਬਾਰਡਰਾਂ ਤੋਂ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਆਏ ਸੀ ਸਰਕਾਰ ਨੇ ਲਿਖਤੀ ਵਾਅਦਾ ਕੀਤਾ ਸੀਗਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕਿ ਤੁਹਾਡੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਐਮਐਸਪੀ ਦਾ ਕਾਨੂੰਨ ਸਾਰੇ ਭਾਰਤ ਦੇ ਵਿੱਚ ਲਾਗੂ ਕੀਤਾ ਜਾਏਗਾ ਜਿਹੜੇ ਸਾਡੇ ਸ਼ਹੀਦ ਕਿਸਾਨ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਕੰਪੰਸੀਸ਼ਨ ਦੇਣ ਦੀ ਗੱਲ ਸੀ ਔਰ ਕਿਸਾਨੀ ਕਰਜ਼ਿਆਂ ਦਾ ਮਸਲਾ ਸੀ ਇਹਦੇ ਨਾਲ ਬਹੁਤ ਵੱਡਾ ਮਸਲਾ ਸੀ ਜਿਹੜਾ ਬਹੁਤ ਵੱਡਾ ਜ਼ੁਲਮ ਜੁਪੀ ਚ ਹੋਇਆ ਸੀ ਲਖੀਨਪੁਰ ਖੀਰੀ ਦੇ ਕਾਤਲਾਂ ਵਾਲਾ ਉਹਨਾਂ ਨੂੰ ਇਨਸਾਫ ਦੇਣ ਦੀ ਗੱਲ ਸੀ ਉਹਨਾਂ ਪਰਿਵਾਰਾਂ ਨੂੰ ਸੋ ਉਹ ਮੰਗਾਂ ਜਿਹੜੀਆਂ ਮੰਨੀਆਂ ਜਾ ਚੁੱਕੀਆਂ ਸੀ ਸਰਕਾਰ ਨੇ ਉਹਨਾਂ ਤੇ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ 29 ਮੈਂਬਰਾਂ ਦੀ ਕਮੇਟੀ ਜਿਹਦੇ ਵਿੱਚ 26 ਮੈਂਬਰ ਸਰਕਾਰ ਨੇ ਆਪ ਦੇ ਪੱਖ ਦੇ ਪਾਤੇ ਕਿੰਨ ਮੈਂਬਰ ਸੰਯੁਕਤ ਕਿਸਾਨ ਮੋਰਚੇ ਨੂੰ ਕਹਿੰਦੇ ਸਿਪਾਓ ਪਰ ਸੰਯੁਕਤ ਕਿਸਾਨ ਮੋਰਚੇ ਨੇ ਬੜੀ ਤਸੱਲੀ ਦੇ ਨਾਲ ਇਸ ਗੱਲ ਦਾ ਜਵਾਬ ਦਿੱਤਾ ਕਿ ਇਹ ਜੀ ਕਮੇਟੀ ਦਾ ਪਾਰਟਸੀਂ ਨਹੀਂ ਬਣਾਂਗੇ ਕਿਉਂਕਿ ਜਿੱਥੇ 26 ਮੈਂਬਰ ਹੈ ਉਹ 26 ਮੈਂਬਰਾਂ ਦਾ ਫੈਸਲਾ ਹੋਣਾ ਤੇ ਉਹਦਾ ਮੰਨਿਆ ਨਹੀਂ ਜਾਣਾ ਸੋ ਇਸ ਵਾਸਤੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਜਿਹੜਾ 3 ਦਿਨ ਦਾ ਇੱਕ ਕਿਸਮ ਦਾ ਇਹ ਅਲਟੀਮੇਟ ਹੈ ਸਰਕਾਰ ਨੂੰ ਅੱਜ ਇਹ ਜਿਹੜਾ 26 27 28 3 ਦਿਨ ਕੱਲੇ ਪੰਜਾਬ 'ਚ ਨਹੀਂ ਸਾਰੇ ਸਟੇਟ ਦੀ ਸਾਰੇ ਰਾਜਾਂ ਦੇ ਜਿਹੜੇ ਗਵਰਨਰ ਹੈ ਉਹਨਾਂ ਦੇ ਗਵਰਨਰ ਭਵਨਾਂ ਦੇ ਅੱਗੇ ਘਰਾਵ ਦਾ ਐਲਾਨ ਹੈ ਇਹ ਠੀਕ ਹੈ ਕਿ ਚੰਡੀਗੜ੍ਹ ਦੀ ਧਰਤੀ ਤੇ ਅੱਗੇ ਨਹੀਂ ਜਾਣ ਦਿੱਤਾ ਗਿਆ ਪਰ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਨਾਲ ਜੋ ਵਾਅਦਾ ਕੀਤਾ ਹੈ ਅੱਜ 11 ਵਜੇ ਦਾ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਟਾਈਮ ਦਿੱਤਾ ਗਵਰਨਰ ਨੇ ਮਿਲਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਉਹਨਾਂ ਸਾਰੀਆਂ ਦਾ ਵਿਸਤਾਰ ਪੂਰਵਕ ਜ਼ੁਬਾਨੀ ਕਲਾਮੀ ਨਹੀਂ ਇੱਕ ਲਿਖਤੀ ਜਿਹੜਾ ਮੰਗ ਪੱਤਰ ਹੈ ਉਹ ਸਾਰੇ ਦੇਸ਼ ਦੇ ਗਵਰਨਰਾਂ ਨੂੰ ਸਾਰੇ ਰਾਜਾਂ 'ਚ ਦਿੱਤਾ ਜਾਣਾ ਉਹਤੇ ਸਰਕਾਰ ਕੀ ਅਮਲ ਕਰਦੀ ਹੈ ਜੇਕਰ ਸਰਕਾਰ ਉਹਨਾਂ ਨੂੰ ਅਮਲ 'ਤੇ ਨਹੀਂ ਲਿਆਉਂਦੀ ਕਿਸਾਨਾਂ ਦੀਆਂ ਮੰਗਾਂ ਤਾਂ ਬਹੁਤ ਦਾ ਸੰਘਰਸ਼ ਜਿਹੜਾ ਉਹ ਕੱਲੀ ਦਿੱਲੀ ਚ ਨਹੀਂ ਹੋਏਗਾ ਸਾਰੇ ਦੇਸ਼ ਚ ਹੋਏਗਾ ਇਹ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਹੈ ਜੀ ਤੇ ਸਰ ਤੁਹਾਨੂੰ ਇਹਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਸਾਰੇ ਜਣੇ ਤੁਹਾਡਾ ਸਾਥ ਸਮਰਥਨ ਜੋ ਜੋ ਉਤਸ਼ਾਹ ਦਿੱਲੀ ਮੋਰਚੇ ਵੇਲੇ ਸੀ ਉਹਨਾਂ ਇਤਸਾਹ ਹੋਣਾ ਲੋਕਾਂ ਚ ਹੁਣ ਤਾਂ ਉਦੋਂ ਵੀ ਵਧੇਗਾ ਕਿਉਂਕਿ ਕੁਝ ਜਿਹੜੀ ਜਿਹੜੀ ਲੜਾਈ ਹੈ ਨਾ ਜਦੋਂ ਬੰਦਾ ਕੋਈ ਲੜਾਈ ਜਿੱਤ ਗਿਆ ਜਾਂਦਾ ਫਿਰ ਉਹ ਦੁਗਣਾ ਹੋ ਜਾਂਦਾ ਹੁਣ ਸਾਰੇ ਲੋਕ ਇਸ ਧਾਰਨਾ ਦੇ ਨਾਲ ਪੂਰੇ ਤਰ੍ਹਾਂ ਜੁੜ ਗਏ ਨੇ ਪੰਜਾਬ ਦੇ ਔਰ ਇਹ ਹੀ ਇਹ ਸਾਰੇ ਹਿੰਦੁਸਤਾਨ ਦਾ ਬਣੇਗਾ ਇਹ ਸਾਡਾ ਜਿਹੜਾ ਇਸ ਤਾਂ ਇਹ ਬਹੁਤ ਵੱਡਾ ਫਾਇਦਾ ਹੋਏਗਾ ਜਿਹੜਾ ਇਹ ਧਾਰਨਾ ਕੋ ਲੋਕ ਮੋਬਾਈਲਾਈਜ਼ ਹੋ ਜਾਣਗੇ ਸਾਰੇ ਪੰਜਾਬ ਚ ਹੋ ਗਏ ਨੇ ਸਾਰੇ ਹਿੰਦੁਸਤਾਨ ਚ ਹੋ ਗਏ ਨੇ ਔਰ ਕਹ ਲੈਤੇ ਅਲਰੇਡੀ ਦੇ ਲੀਡਰ ਆ ਸੀਗੇ ਉਹ ਵੀ ਸਾਥ ਸਾਰੇ ਕਰਕੇ ਗਏ ਨੇ ਆਪਣਾ ਵੀ ਅਸੀਂ ਸਾਰੇ ਹਿੰਦੂ ਸਾਰੀਆਂ ਜਿੰਨੀਆਂ ਰਾਜਧਾਨੀਆਂ ਨੇ ਉੱਥੇ ਜਿਹੜਾ ਇਹ ਧਾਰਨਾ ਲੱਗੇ ਨੇ ਔਰ ਸਾਰੇ ਅੱਗੇ ਅਸੀਂ ਕੱਲ੍ਹ ਹਰਿਆਣਾ ਪੰਜਾਬ ਤੇ ਜੁਪੀਸੀ ਕੇ ਹੁਣ ਸਾਰਾ ਪੰਜਾਬ ਮਤਲਬ ਹਿੰਦੁਸਤਾਨ ਇਸ ਲੜਾਈ ਚ ਜਾਏਗਾ ਜਿਹੜਾ ਹੁਣ ਦਿੱਲੀ ਜਾਵਾਂਗੇ ਇਹ ਸਾਡਾ ਟ੍ਰੇਲਰ ਆ ਔਰ ਪਤਾ ਲਾ ਕੇ ਸਰਕਾਰ ਨੂੰ ਵੀ ਹਾਂ ਦੁਬਾਰਾ ਫੇਰ ਹੋਗੇ ਜਿਹੜਾ ਮੋਦੀ ਦੇ ਭਲੇਖਾ ਨਾ ਉਹ ਨਿਕਲ ਜਾਏਗਾ ਕਾ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜᱹਣੀ ਸਾਡੀਆਂ ਮੰਗਾਂ ਨਹੀਂ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਤਾਂ ਉਦੋਂ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿ ਗਿਆ ਅੱਜ 11 ਵਜੇ ਤੱਕ ਦਾ ਟਾਈਮ ਦਿੱਤਾ ਹੋਇਆ ਹੈ ਤੇ ਉਹਦੇ ਵਿੱਚ ਕੀ ਜਿਹੜਾ ਸਿੱਟੇ ਨਿਕਲਣਗੇ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਟ੍ਰੇਲਰ ਹੈ ਜਿਹੜਾ ਕਿ ਅਸੀਂ ਦਿਖਾ ਦਿੱਤਾ ਹੈਗਾ ਜਿਸ ਵੇਲੇ ਕਿ ਦਿੱਲੀ ਚ ਮੋਰਚਾ ਹੋਇਆ ਸੀ ਜਿਸ ਤਰ੍ਹਾਂ ਸਮਰਥਨ ਮਿਲਿਆ ਸੀ ਦਿੱਲੀ ਮੋਰਚੇ ਨੂੰ ਉਸੇ ਤਰ੍ਹਾਂ ਇੱਥੇ ਵੀ ਜਿਹੜਾ ਮੋਸ਼ਨ ਜਿਹੜਾ ਸਮਰਥਨ ਮਿਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈਗੀ ਥਾਂ ਥਾਂ ਜਿਹੜੇ ਵਾਹਨ ਲਿਆ ਜਾਵੇਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਜਿਸ ਤਰ੍ਹਾਂ ਕਿਸਾਨ ਆਗੂ ਕਹਿਣਗੇ ਉਸੇ ਤਰ੍ਹਾਂ ਹੀ ਅਸੀਂ ਕੰਮ ਕਰਾਂਗੇ ਤੇ ਉਸੇ ਤਰ੍ਹਾਂ ਹੀ ਇਹਨਾਂ ਨੂੰ ਸਮਰਥਨ ਮਿਲ ਰਿਹਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦੇ ਧਰਨੇ ਨੂੰ ਸਮਰਥਨ ਮਿਲ ਰਿਹਾ ਸੀ ਫਿਲਹਾਲ ਤਾਂ ਮੰਗ ਪੱਤਰ ਸੌਂਪੜਾ ਹੈ ਤੇ ਮੰਗ ਪੱਤਰ ਤੋਂ ਬਾਅਦ ਵਿੱਚ ਕੀ ਸਿੱਟੇ ਨਿਕਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਇਹ ਜਾਣਕਾਰੀ ਨਹੀਂ ਹੈ ਇਸੇ ਤਰ੍ਹਾਂ ਇਸ ਸੰਬੰਧੀ ਨਵੀਂ ਜਾਣਕਾਰੀ ਲੈ ਕੇ ਜਾਂ ਨਵੀਂ ਅਪਡੇਟ ਲੈ ਕੇ ਜਲਦੀ ਹਾਜ਼ਰ ਹੁੰਦੇ ਰਾਵਾਂਗੇ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ